ਬਹੁਤ ਮੰਦਭਾਗੀ ਘਟਨਾ ਜੀ। ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਸਾਰੀ ਮਨੁੱਖਤਾ ਨੂੰ ਸ਼ਰਮਸਾਰ ਕਰਦੀਆਂ, ਔਰ ਅੱਜ ਦੁੱਖ ਦਾ ਵੇਲਾ ਹੈ। ਉਹਨਾਂ ਦੇ ਉਸ ਪਰਿਵਾਰ ਦੇ ਨਾਲ, ਉਸ ਬੱਚੀ ਦੇ ਮਾਂ ਬਾਪ ਦੇ ਨਾਲ ਸਾਨੂੰ ਸਾਰਿਆਂ ਨੂੰ ਖੜਨਾ ਚਾਹੀਦਾ। ਇਸ ਵਾਸਤੇ ਬਿਲਕੁਲ ਪੰਜਾਬ ਚ ਬਣਾਉਣਾ, ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ। 96% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ। ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘੱਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ, ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ। ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਘ ਨੇ ਬਹੁਤ ਪਰੇਸ਼ਾਨ ਕਰਿਆ ਅਤੇ ਜੀ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦਵਾਈ ਲੈਂਦਾ ਰਿਹਾ, ਫਿਰ ਇੱਥੇ ਆ ਕੇ ਲਿੱਤੀ ਜੀ, ਟੈਸਟ ਫ੍ਰੀ ਹੋਇਆ, ਇੱਥੋਂ ਮੈਂ ਠੀਕ ਹੋ ਗਿਆ, ਹੁਣ ਮੈਂ ਠੀਕ ਹਾਂ ਬਿਲਕੁਲ। ਸ਼ਾਨਦਾਰ ਮੁਹੱਲਾ ਕਲੀਨਿਕ ਹੈ, ਸਫਾਈ ਹੈ, ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ। ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ, ਟੋਟਲ ਪੇਪਰਲੈਸ ਹੈ। ਮਾਨ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕੀਤਾ, ਵਧੀਆ ਕੰਮ ਕਰਿਆ ਸਰਕਾਰ ਨੇ, ਗਰੀਬਾਂ ਦਾ ਭਲਾ ਕਰਤਾ। ਪੰਜਾਬੀ 'ਚ ਕਿਹਾ ਜਾਂਦਾ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਸੋ ਅਸੀਂ ਜਦੋਂ ਸਹੁੰ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟੌਪ ਕਲਾਸ ਦਾ ਇਲਾਜ ਹੋਵੇ। ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ, ਔਰ ਮੈਂ ਕੋਈ ਆਸਾਨ ਨਹੀਂ ਕਰ ਰਿਹਾ ਤੁਹਾਡੇ 'ਤੇ, ਮੇਰਾ ਫਰਜ਼ ਹੈ ਜੀ। ਸ਼ਹਿਰ ਦੇ ਸਾਰੇ ਹੀ ਸਮਾਜ ਸੇਵੀ ਜਥੇਬੰਦੀਆਂ, ਉਹਨਾਂ ਵੱਲੋਂ ਅੱਜ ਇੱਥੇ ਕੈਂਡਲ ਮਾਰਚ ਕਰ ਰੱਖਿਆ ਗਿਆ, ਔਰ ਸਾਨੂੰ ਸਮਾਜ ਨੂੰ ਜਿਹੜਾ ਹੈਗਾ ਉਹ ਚੰਗੇ ਕਿਰਦਾਰ ਦੇਣ ਦੀ ਲੋੜ ਹੈ। ਇਸ ਵਾਸਤੇ ਜਿੱਥੇ ਕਾਨੂੰਨ ਸਖ਼ਤ ਹੈ ਉੱਥੇ ਬੱਚਿਆਂ ਨੂੰ ਸਕੂਲ ਲੈਵਲ ਦੇ ਉੱਤੇ ਜਿਹੜਾ ਹੈਗਾ ਇਹਨਾਂ ਮਾੜੀਆਂ ਘਟਨਾਵਾਂ ਦੇ ਪ੍ਰਤੀ ਜਿਹੜਾ ਹੈ ਚੇਤ ਕਰਨ ਦੀ ਲੋੜ ਹੈ, ਤਾਂ ਕਿ ਉਹ ਅਜਿਹਾ ਅਪਰਾਧ ਕਰਕੇ ਜਿੱਥੇ ਦੂਜੇ ਦਾ ਨੁਕਸਾਨ ਕਰਦੇ ਆ ਉੱਥੇ ਆਪਦਾ ਜੀਵਨ ਵੀ ਇਹਨਾਂ ਨੂੰ ਜਿਹੜਾ ਹੈਗਾ ਘਟਨਾਵਾਂ ਰਾਹੀਂ ਨਸ਼ਟ ਕਰਦੇ। 9 ਤਰੀਕ ਦੀ ਘਟਨਾ ਹੋਈ ਹੈ ਜਿਹੜੀ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ, ਇਸਨੂੰ ਸੁਣ ਕੇ ਹੀ ਤੁਹਾਡੇ ਰੋਂਗਟੇ ਖੜੇ ਹੁੰਦੇ ਹੈ। ਉਸ ਲੜਕੀ ਨੂੰ ਜੋ ਕਿ ਔਨ ਡਿਊਟੀ ਕਰ ਰਹੀ ਸੀ ਤੇ ਉਸ ਟਾਈਮ ਉਹਦੇ ਨਾਲ ਜੋ ਧੱਕਾ ਹੋਇਆ ਉਹ ਬਿਲਕੁਲ ਹੀ ਕੋਈ ਵੀ ਕੰਮ ਉਸ ਚੀਜ਼ ਨੂੰ ਐਪਰੀਸ਼ੀਏਟ ਨਹੀਂ ਕਰੂਗੀ। ਉਸ ਚੀਜ਼ ਨੂੰ ਸੁਣ ਕੇ ਹੀ ਤੁਹਾਡੇ ਰੋਂਗਟੇ ਖੜੇ ਹੁੰਦੇ ਆ, ਤੇ ਜਿਸ ਨਾਲ ਇਹ ਵਰਤ ਰਹੀ ਹੈ ਉਹਦੇ ਤੇ ਤਾਂ ਪਤਾ ਨਹੀਂ ਕੀ ਗੁਜ਼ਰੀ ਹੋਊਗੀ, ਤੇ ਉਹਦੇ ਪੇਰੈਂਟਸ ਨਾਲ ਕੀ ਗੁਜ਼ਰੀ ਹੋਊਗੀ, ਇਹ ਤਾਂ ਸੋਚ ਕੇ ਹੀ ਬਹੁਤ ਦੁੱਖ ਲੱਗਦਾ ਹੈ। ਸੋ ਅੱਜ ਅਸੀਂ ਸਾਰੀਆਂ ਡਿਫਰੈਂਟ ਸੋਸ਼ਲ ਆਰਗੇਨਾਈਜੇਸ਼ਨ ਇਕੱਠੀਆਂ ਹੋਈਆਂ, ਅਸੀਂ ਇਨਰ ਵੀਲ ਦੇ ਥਰੂ ਆ ਕੇ ਇਕੱਠੇ ਹੋਏ। ਮਮਤਾ ਦੇ ਨਾਲ ਜੋ ਦਰਿੰਦਗੀ ਭਰਿਆ ਵਤੀਰਾ ਸ਼ਰਾਰਤੀ ਅਣਸਣ ਕੀਤਾ, ਇਸ ਤਰ੍ਹਾਂ ਦੀ ਜੇ ਘਟਨਾ ਜੇ ਵਾਪਰਨ ਲੱਗ ਪੈਣ, ਇਹਨੂੰ ਨਾ ਨੱਥ ਪਾਈ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਡਾਕਟਰ ਬਣਨ ਜਾ ਰਹੇ ਨੇ ਲੋਕ, ਉਹਦੇ ਮਾਂ ਬਾਪ ਦਾ ਹੌਸਲਾ ਨਹੀਂ ਪੈਣਾ ਗਾ। ਜੋ ਸਾਡਾ ਫਰਜ਼ ਬਣਦਾ ਹੈ ਵੀ ਜਿਹੜੀ ਉਸ ਬੇਟੀ ਨਾਲ ਇਸ ਤਰ੍ਹਾਂ ਦੀ ਘਰਾਉਣੀ ਹਰਕਤ ਕੀਤੀ ਹੈ ਉਹਨਾਂ ਸ਼ਰਾਰਤੀ ਅਣਸਰਾਂ ਨੇ, ਅਸੀਂ ਇੱਕਮੁੱਠ ਹੋ ਕੇ ਯੂਨੀਅਨ ਇਸ ਸਟਰੈਂਥ ਇਸ ਦੇ ਵਿਰੁੱਧ ਆਵਾਜ਼ ਬੁਲੰਦ ਕਰੀਏ। ਬਾਬਾ ਫਰੀਦ ਦੀ ਨਗਰੀ ਫਰੀਦਕੋਟ ਸ਼ਹਿਰ ਵਿੱਚ ਅਸੀਂ ਕੈਂਡਲ ਮਾਰਚ ਕੱਢਿਆ ਹੈ ਅੱਜ, ਰੋਸ ਵਜੋਂ ਸ਼ਹਿਰ ਦੀਆਂ ਸਮੂਹ ਸਮਾਜ ਸੇਵੀਆਂ ਸੰਸਥਾਵਾਂ ਇਕੱਠਰ ਹੋ ਕੇ ਉਸਦਾ ਦੁੱਖ ਦਾ ਇਜ਼ਹਾਰ ਕੀਤਾ ਹੈ। ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ, ਗੁਰੂਆਂ ਪੀਰਾਂ ਨੇ ਤਾਂ ਐਡਾ ਉੱਚਾ ਦਰਜਾ ਦਿੱਤਾ ਹੈ। ਸੋ ਇਸ ਤਰ੍ਹਾਂ ਦੇ ਲੋਕ ਜੇ ਇਹ ਕੰਮ ਕਰਨਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੀਆਂ ਬੇਟੀਆਂ ਘਰਾਂ ਚੋਂ ਬਾਹਰ ਨਹੀਂ ਨਿਕਲ। ਬਹੁਤ ਮੰਦਭਾਗੀ ਘਟਨਾ ਜੀ, ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਸਾਰੀ ਮਨੁੱਖਤਾ ਨੂੰ ਸ਼ਰਮਸਾਰ ਕਰਦੀਆਂ, ਔਰ ਅੱਜ ਦੁੱਖ ਦਾ ਵੇਲਾ ਹੈ। ਉਹਨਾਂ ਦੇ ਉਸ ਪਰਿਵਾਰ ਦੇ ਨਾਲ, ਉਸ ਬੱਚੀ ਦੇ ਮਾਂ ਬਾਪ ਦੇ ਨਾਲ ਸਾਨੂੰ ਸਾਰਿਆਂ ਨੂੰ ਖੜਨਾ ਚਾਹੀਦਾ।
ਇਸ ਵਾਸਤੇ ਹਰੀਪੁਰ ਸਾਹਿਬ ਦੇ ਸਾਰੇ ਹੀ ਸਮਾਜ ਸੇਵੀ ਜਥੇਬੰਦੀਆਂ ਉਹਨਾਂ ਵੱਲੋਂ ਅੱਜ ਇੱਥੇ ਕੈਂਸਰ ਮਾਰਚ ਦਾ ਪ੍ਰੋਗਰਾਮ ਰੱਖਿਆ ਗਿਆ ਔਰ ਸਾਨੂੰ ਸਮਾਜ ਨੂੰ ਜਿਹੜਾ ਹੈਗਾ ਉਹ ਚੰਗੇ ਕਿਰਦਾਰ ਦੇਣ ਦੀ ਲੋੜ ਹੈ। ਇਸ ਵਾਸਤੇ ਜਿੱਥੇ ਕਾਨੂੰਨ ਸਖ਼ਤ ਹੈ ਉੱਥੇ ਬੱਚਿਆਂ ਨੂੰ ਸਕੂਲ ਲੈਵਲ ਦੇ ਵਿੱਚ ਜਿਹੜਾ ਹੈਗਾ ਇਹਨਾਂ ਮਾੜੀਆਂ ਘਟਨਾਵਾਂ ਦੇ ਪ੍ਰਤੀ ਜਿਹੜਾ ਹੈ ਚੇਤ ਕਰਨ ਦੀ ਲੋੜ ਹੈ ਤਾਂ ਕਿ ਉਹ ਅਜਿਹਾ ਅਪਰਾਧ ਕਰਕੇ ਜਿੱਥੇ ਦੂਜੇ ਦਾ ਨੁਕਸਾਨ ਕਰਦੇ ਆ ਉੱਥੇ ਆਪਦਾ ਜੀਵਨ ਵੀ ਇਹਨਾਂ ਨੂੰ ਜਿਹੜਾ ਹੈਗਾ ਘਟਨਾਵਾਂ ਦਾ ਹੀ ਨਸ਼ਟ ਕਰਦੇ। 9 ਤਰੀਕ ਦੀ ਘਟਨਾ ਹੋਈ ਹੈ ਜਿਹੜੀ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ, ਇਸਨੂੰ ਸੁਣ ਕੇ ਹੀ ਤੁਹਾਡੇ ਰੌਂਗਟੇ ਖੜੇ ਹੁੰਦੇ ਹੈ। ਉਸ ਲੜਕੀ ਨੂੰ ਜੋ ਕਿ ਔਨ ਡਿਊਟੀ ਕਰ ਰਹੀ ਸੀ ਤੇ ਉਸ ਟਾਈਮ ਉਹਦੇ ਨਾਲ ਜੋ ਧੱਕਾ ਹੋਇਆ ਉਹ ਬਿਲਕੁਲ ਹੀ ਕੋਈ ਵੀ ਕੰਮ ਉਸ ਚੀਜ਼ ਨੂੰ ਐਪਰੀਸ਼ੀਏਟ ਨਹੀਂ ਕਰੂਗੀ। ਉਸ ਚੀਜ਼ ਨੂੰ ਸੁਣ ਕੇ ਹੀ ਤੁਹਾਡੇ ਰੌਂਗਟੇ ਖੜੇ ਹੁੰਦੇ ਤੇ ਜਿਸ ਨਾਲ ਇਹ ਵਾਪਰੀ ਹੈ ਉਹਦੇ ਤੇ ਤਾਂ ਪਤਾ ਨਹੀਂ ਕੀ ਗੁਜ਼ਰੀ ਹੋਊਗੀ ਤੇ ਉਹਦੇ ਪੇਰੈਂਟਸ ਨਾਲ ਕੀ ਗੁਜ਼ਰੀ ਹੋਊਗੀ ਇਹ ਤਾਂ ਸੋਚ ਕੇ ਹੀ ਬਹੁਤ ਦੁੱਖ ਲੱਗਦਾ ਹੈ। ਸੋ ਅੱਜ ਅਸੀਂ ਸਾਰੀਆਂ ਡਿਫਰੈਂਟ ਸੋਸ਼ਲ ਆਰਗੇਨਾਈਜੇਸ਼ਨ ਇਕੱਠੀਆਂ ਹੋਈਆਂ, ਅਸੀਂ ਇਨਰ ਵੀਲ ਦੇ ਥਰੂ ਆ ਕੇ ਇਕੱਠੇ ਹੋਏ। ਮਮਤਾ ਦੇ ਨਾਲ ਜੋ ਦਰਿੰਦਗੀ ਭਰਿਆ ਵਤੀਰਾ ਸ਼ਰਾਰਤੀ ਅਨਸਰਨ ਕੀਤਾ, ਇਸ ਤਰ੍ਹਾਂ ਦੀ ਜੇ ਘਟਨਾ ਜੇ ਵਾਪਰਨ ਲੱਗ ਪੈਣ ਇਹਨੂੰ ਨਾ ਨੱਕ ਪਾਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਡਾਕਟਰ ਬਣਨ ਜਾ ਰਹੇ ਨੇ ਲੋਕ ਉਹਦੇ ਮਾਂ ਬਾਪ ਦਾ ਹੌਸਲਾ ਨਹੀਂ ਪੈਣਾ ਗਾ। ਜੋ ਸਾਡਾ ਫਰਜ਼ ਬਣਦਾ ਵੀ ਜਿਹੜੀ ਉਸ ਬੇਟੀ ਨਾਲ ਇਸ ਤਰ੍ਹਾਂ ਦੀ ਘਰਾਉਣੀ ਹਰਕਤ ਕੀਤੀ ਹੈ ਉਹਨਾਂ ਸ਼ਰਾਰਤੀ ਅਨਸਰਾਂ ਨੇ, ਅਸੀਂ ਇੱਕਮੁੱਠ ਹੋ ਕੇ ਯੂਨੀਅਨ ਇਸ ਸਟਰੈਂਥ ਇਸ ਦੇ ਵਿਰੁੱਧ ਆਵਾਜ਼ ਬੁਲੰਦ ਕਰੀਏ। ਬਾਬਾ ਫਰੀਦ ਦੀ ਨਗਰੀ ਫਰੀਦਕੋਟ ਸ਼ਹਿਰ ਵਿੱਚ ਅਸੀਂ ਕੈਂਸਰ ਮਾਰਚ ਕੱਢਿਆ ਹੈ ਅੱਜ ਰੋਸ ਵਜੋਂ ਸ਼ਹਿਰ ਦੀਆਂ ਸਮੂਹ ਸਮਾਜ ਸੇਵੀਆਂ ਸੰਸਥਾਵਾਂ ਇਕੱਠਰ ਹੋ ਕੇ ਉਸ ਦਾ ਦੁੱਖ ਦਾ ਇਜ਼ਹਾਰ ਕੀਤਾ ਹੈ। ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ, ਗੁਰੂਆਂ ਪੀਰਾਂ ਨੇ ਤਾਂ ਐਡਾ ਉੱਚਾ ਦਰਜਾ ਦਿੱਤਾ ਹੈ। ਸੋ ਇਸ ਤਰ੍ਹਾਂ ਦੇ ਲੋਕ ਜੇ ਇਹ ਕੰਮ ਕਰਨਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੀਆਂ ਬੇਟੀਆਂ ਘਰੋਂ ਜੋ ਬਾਹਰ ਨਹੀਂ ਨਿਕਲ